ਉੱਤਰ ਭਾਰਤ ਵਿੱਚ ਲਗਾਤਾਰ ਵੱਧ ਰਹੀ ਠੰਡ ਦਾ ਅਸਰ ਹੁਣ ਲੋਕਾਂ ਦੇ ਕਾਰੋਬਾਰ ਤੇ ਵੀ ਪੈਣ ਲੱਗ ਪਿਆ। ਸ਼ੀਤ ਲਹਿਰ ਤੇ ਲਗਾਤਾਰ ਵੱਧ ਰਹੀ ਠੰਡ ਦੇ ਕਾਰਨ ਨੰਗਲ ਦੇ ਕਰੀਬੀ ਭਾਖੜਾ ਡੈਮ ਤੋਂ ਪਕੜੀ ਜਾਣ ਵਾਲੀ ਮੱਛੀ ਦੇ ਕਾਰੋਬਾਰ ਤੇ ਵੀ ਅਸਰ ਪਾਇਆ ਗਿਆ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਤੋਂ ਮੱਛੀ ਪਕੜ ਕੇ ਬਾਹਰਲੇ ਰਾਜਾਂ ਨੂੰ ਵੀ ਸਪਲਾਈ ਕੀਤੀ ਜਾਂਦੀ ਹੈ। ਭਾਖੜਾ ਬੰਨ ਜਿੱਥੇ ਹਰ ਸਾਲ ਹਜ਼ਾਰਾਂ ਟਨ ਮੱਛੀ ਦਾ ਕਾਰੋਬਾਰ ਕੀਤਾ ਜਾਂਦਾ ਹੈ। ਪੰਜਾਬ ਹੀ ਨਹੀਂ ਸਗੋਂ ਉੱਤਰ ਭਾਰਤ ਵਿੱਚ ਵੀ ਭਾਖੜਾ ਬੰਨ ਤੋਂ ਮੱਛੀ ਸਪਲਾਈ ਕੀਤੀ ਜਾਂਦੀ ਹੈ, ਪਰ ਇਸ ਵਾਰ ਠੰਡ ਜ਼ਿਆਦਾ ਹੋਣ ਕਾਰਨ ਮੱਛੀ ਖਾਣ ਦੇ ਸ਼ੌਕੀਨਾਂ ਨੂੰ ਨਿਰਾਸ਼ ਹੋਣਾ ਪੈ ਸਕਦਾ ਹੈ। ਠੰਡ ਜ਼ਿਆਦਾ ਹੋਣ ਕਾਰਨ ਮੱਛੀ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੀ ਗਈ ਹੈ, ਜਿਸ ਕਾਰਨ ਮੱਛੀ ਨੂੰ ਆਸਾਨੀ ਨਾਲ ਨਹੀਂ ਫੜਿਆ ਜਾ ਸਕਦਾ। ਗਹਿਰੇ ਪਾਣੀ ਵਿੱਚ ਮੱਛੀ ਫੜਨ ਵਾਲਿਆਂ ਦੇ ਜਾਲ ਨਹੀਂ ਪਹੁੰਚ ਸਕਦੇ, ਜਿਸ ਕਾਰਨ ਮੱਛੀ ਜਾਲ ਵਿੱਚ ਨਹੀਂ ਫਸਦੀ ਅਤੇ ਮੱਛੀ ਦੇ ਰੇਟ ਵੀ ਬਾਜ਼ਾਰ ਵਿੱਚ ਵੱਧ ਗਏ ਨੇ। ਅੱਜ ਕੱਲ੍ਹ ਮੱਛੀ ਦੀ ਬਹੁਤ ਸ਼ੋਰਟੇਜ ਹੈ, ਠੰਡ ਕਰਕੇ, ਸਰਦੀ ਕਰਕੇ ਜਿਹੜੀ ਮੱਛੀ ਹੈ ਡੂੰਘੇ ਪਾਣੀ ਚਲ ਜਾਂਦੀ ਹੈ ਅਤੇ ਇਸ ਕਰਕੇ ਮੱਛੀ ਬਹੁਤ ਘੱਟ ਆ ਰਹੀ ਹੈ, ਆਮਦਨ ਜ਼ਿਆਦਾ ਹੈ। ਬਰਡ ਫਲੂ ਦੇ ਕਾਰਨ ਵੀ ਮੱਛੀ ਦੇ ਕਾਰੋਬਾਰ ਵਿੱਚ ਤੇਜ਼ੀ ਆਈ ਸੀ, ਜਿਸ ਦੇ ਕਾਰਨ ਪਿਛਲੇ ਦਿਨਾਂ ਵਿੱਚ ਮੱਛੀ ਦੀ ਲਾਗਤ 40% ਵੱਧ ਗਈ ਸੀ। ਨਵੇਂ ਸਾਲ ਦੀ ਸ਼ੁਰੂਆਤ ਵਿੱਚ ਮੱਛੀ ਵੇਚਣ ਵਾਲਿਆਂ ਨੂੰ ਅੰਡੇ ਤੇ ਮੁਰਗੀਆਂ ਤੋਂ ਜ਼ਿਆਦਾ ਮੱਛੀ ਦੀ ਖਪਤ ਦੀ ਉਮੀਦ ਜ਼ਿਆਦਾ ਸੀ, ਪਰ ਡਿੱਗਦੇ ਹੋਏ ਤਾਪਮਾਨ ਤੇ ਸ਼ੀਤ ਲਹਿਰ ਦੇ ਕਾਰਨ ਇਲਾਕੇ ਵਿੱਚ ਠੰਡ ਵੱਧ ਜਾਣ ਕਾਰਨ ਮੱਛੀ ਦੇ ਕਾਰੋਬਾਰ ਤੇ ਸਿੱਧਾ ਅਸਰ ਪਿਆ। ਭਾਖੜਾ ਬੰਨ ਦੇ ਡੂੰਘੇ ਪਾਣੀ ਵਿੱਚ ਮੱਛੀ ਚਲੀ ਜਾਣ ਦੇ ਕਾਰਨ ਇੱਥੇ ਮੱਛੀ ਦੀ ਆਮਦ ਵਿੱਚ ਵੀ ਕਮੀ ਆਈ ਹੈ, ਉੱਥੇ ਹੀ ਲੋਕਾਂ ਦੀ ਜੇਬ ਤੇ ਵੀ ਅਸਰ ਪਿਆ, ਕਿਉਂਕਿ ਬਾਜ਼ਾਰ ਵਿੱਚ ਮੱਛੀ ਦੀ ਆਮਦ ਘੱਟ ਹੋਣ ਕਾਰਨ ਮੱਛੀ ਬਾਜ਼ਾਰ ਵਿੱਚ ਮਹਿੰਗੀ ਹੋ ਗਈ ਹੈ ਅਤੇ ਮੱਛੀ ਦਾ ਕਾਰੋਬਾਰ ਕਰਨ ਵਾਲਿਆਂ ਦੇ ਰੋਜ਼ਗਾਰ ਤੇ ਵੀ ਅਸਰ ਪਿਆ। ਮੱਛੀ ਵੇਚਣ ਵਾਲੇ ਥੋਕ ਵਿਕਰੇਤਾ ਨੇ ਦੱਸਿਆ ਕਿ ਸਰਦੀ ਵਿੱਚ ਮੱਛੀ ਦੀ ਮੰਗ ਬਾਜ਼ਾਰ ਵਿੱਚ ਵੱਧ ਜਾਂਦੀ ਹੈ, ਪਰ ਸਰਦੀ ਜ਼ਿਆਦਾ ਹੋਣ ਕਾਰਨ ਮੱਛੀ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੀ ਜਾਂਦੀ ਹੈ ਅਤੇ ਪਕੜ ਵਿੱਚ ਨਹੀਂ ਆਉਂਦੀ। ਉਹਨਾਂ ਦੱਸਿਆ ਕਿ ਗਰਮੀਆਂ ਦੇ ਵਿੱਚ ਰੋਜ਼ਾਨਾ 25 ਕੁਇੰਟਲ ਮੱਛੀ ਵੇਚਦੇ ਨੇ ਅਤੇ ਸਰਦੀਆਂ ਦੇ ਵਿੱਚ 3 ਕੁਇੰਟਲ ਹੀ ਰਹਿ ਜਾਂਦੀ ਹੈ। ਨੰਗਲ ਤੋਂ ਬਿਮਲ ਕੁਮਾਰ ਨਾਲ ਕੌਮਿਤਾ ਮਿਨਹਾਸ, ਡੇ ਐਂਡ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।